ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੰਜ ਗੁਰੂ ਅਰਜਨ ਦੇਵ ਜੀ ਦੇ ਨਿਕਟਵਰਤੀ ਸਿੱਖਾਂ ਵਿੱਚੋਂ ਇੱਕ ਸਨ ਭਾਈ ਮੰਜ ਦਾ ਪਹਿਲਾ ਨਾਂ ਤੀਰਥਾ ਸੀ ਅਤੇ ਉਹ ਪਿੰਡ ਖੰਗਮਈ ਹੁਸ਼ਿਆਰਪੁਰ ਜਿਲ੍ਹੇ ਦੇ ਰਹਿਣ ਵਾਲੇ ਸਨ ਭਾਈ ਤੀਰਥਾ ਪਹਿਲਾਂ ਕਬਰਾਂ ਦੀ ਪੂਜਾ ਕਰਿਆ ਕਰਦਾ ਸੀ ਅਤੇ ਉਹ ਸਖੀ ਸਰਵਰ ਨੂੰ ਮੰਨਦਾ ਸੀ ਉਸਨੇ ਆਪਣੇ ਘਰ ਵਿੱਚ ਇੱਕ ਪੀਰ ਦੀ ਕਬਰ ਵੀ ਬਣਾਈ ਹੋਈ ਸੀ ਇੱਕ ਵਾਰ ਅੰਮ੍ਰਿਤਸਰ ਦੇ ਨੇੜੇੋਂ ਲੰਘਦਿਆਂ ਉਹ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚਿਆ ਗੁਰੂ ਘਰ ਵਿੱਚ ਹੋ ਰਹੀ ਕੀਰਤਨ ਤੋਂ ਬੜਾ ਪ੍ਰਭਾਵਿਤ ਹੋਇਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਮੰਜ ਨੇ ਗੁਰੂ ਅਰਜਨ ਦੇਵ ਜੀ ਅੱਗੇ ਅਰਜ਼ੋਗੁਜ਼ਾਰੀ ਕਿ ਮੈਨੂੰ ਵੀ ਆਪਣਾ ਸਿੱਖ ਬਣਾਓ ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਇੱਕ ਸਿੱਖੀ ਉੱਤੇ ਦੂਜੀ ਸਿੱਖੀ ਨਹੀਂ ਟਿਕ ਸਕਦੀ ਭਾਵ ਕਿ ਪਹਿਲਾਂ ਹੀ ਤੂੰ ਸਖੀ ਸਰਵਰ ਦਾ ਪੁਜਾਰੀ ਹੈ ਤੈਨੂੰ ਉਸਤੀ ਪੂਜਾ ਛੱਡਣੀ ਪਵੇਗੀ ਤਾਂ ਹੀ ਤੂੰ ਸਾਡਾ ਸਿੱਖ ਬਣ ਸਕੇਗਾ। ਇਹਨਾਂ ਬਚਨਾਂ ਤੋਂ ਬਾਅਦ ਭਾਈ ਮੰਜ ਨੇ ਆਪਣੇ ਘਰੋਂ ਪੀਰ ਦੀ ਕਬਰ ਢਾ ਲਿੱਤੀ ਅਤੇ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਗਿਆ। ਭਾਈ ਮੰਜ ਨੇ ਪੀਰ ਦੀ ਕਬਰ ਢਾਈ ਹੈ ਇਹ ਸੁਣ ਕੇ ਉਸ ਦੇ ਪਿੰਡ ਵਾਲੇ ਅਤੇ ਉਸ ਦੀ ਬਰਾਦਰੀ ਵਾਲੇ ਭਾਈ ਮੰਜ ਨਾਲ ਬੜਾ ਨਾਰਾਜ਼ ਹੋਏ। ਇਸ ਕਰਕੇ ਭਾਈ ਮੰਜ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਰਹਿਣ ਲੱਗੇ। ਅੰਮ੍ਰਿਤਸਰ ਵਿੱਚ ਰਹਿਣ ਲੱਗੇ ਭਾਈ ਮੰਜ ਹੁਣ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਦਾ ਅਤੇ ਲੰਗਰ ਛੱਕ ਕੇ guzara ਕਰ ਲੈਂਦਾ ਪਰ ਗੁਰੂ ਅਰਜਨ ਦੇਵ ਜੀ ਇਸ ਤੋਂ ਖੁਸ਼ ਨਹੀਂ ਸਨ ਤਾਂ ਭਾਈ ਮੰਜ ਸੰਤਾਂ ਦੀ ਝੂਠ ਖਾ ਕੇ guzara ਕਰਨ ਲੱਗਾ ਗੁਰੂ ਜੀ ਇਸ ਤੋਂ ਵੀ ਖੁਸ਼ ਨਾ ਹੋਏ ਤਾਂ ਫਿਰ ਭਾਈ ਮੰਜ ਜੰਗਲ ਵਿੱਚੋਂ ਲੱਕੜਾ ਕੱਟ ਕੇ ਲਿਉਣ ਲੱਗਾ ਅਤੇ ਕੁਝ ਕੁ ਲੱਕੜਾਂ ਵੇਚ ਕੇ ਗੁਜ਼ਾਰਾ ਕਰਦਾ ਅਤੇ ਕੁਝ ਗੁਰੂ ਘਰ ਲਈ ਲੰਗਰ ਲਈ ਭੇਜ ਦਿੰਦਾ। ਇਹ ਸੇਵਾ ਤੋਂ ਗੁਰੂ ਸਾਹਿਬ ਪ੍ਰਸੰਨ ਸਨ। ਇੱਕ ਦਿਨ ਭਾਈ ਮੰਜ ਲੱਕੜਾਂ ਕੱਟ ਕੇ ਲਿਆ ਰਹੇ ਸਨ ਕਿ ਬਹੁਤ ਤੇਜ਼ ਹਨੇਰੀ ਵਗ ਰਹੀ ਸੀ। ਜਿਸ ਦੇ ਕਰਕੇ ਭਾਈ ਮੰਜ ਇੱਕ ਖੂਹ ਵਿੱਚ ਡਿੱਗ ਪਏ ਪਰ ਉਹਨਾਂ ਨੇ ਗੁਰੂ ਘਰ ਲਈ ਲੈ ਜਾਂਦੀਆਂ ਲੱਕੜਾਂ ਗਿੱਲੀਆਂ ਨਾ ਹੁੰ ਦਿੱਤੀਆਂ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਭਾਈ ਮੰਜ ਖੂਹ ਵਿੱਚ ਡਿੱਗ ਪਏ ਹਨ ਤਾਂ ਫਿਰ ਗੁਰੂ ਸਾਹਿਬ ਤੇ ਕੋਈ ਸਿੱਖ ਖੂਹ ਦੇ ਕੋਲ ਗਏ ਅਤੇ ਉਹਨਾਂ ਨੇ ਇੱਕ ਰੱਸੀ ਥੱਲੇ ਵੱਲ ਭੇਜੀ ਅਤੇ ਭਾਈ ਮੰਜ ਨੂੰ ਕਿਹਾ ਕਿ ਉੱਪਰ ਆ ਜਾਓ ਤਾਂ ਭਾਈ ਮੰਜ ਨੇ ਕਿਹਾ ਪਹਿਲਾਂ ਗੁਰੂ ਘਰ ਲਈ ਲਿਆਂਦਿਆਂ ਲੱਕੜਾਂ ਕੱਢੋ ਭਾਈ ਮੰਜ ਦੀ ਗੱਲ ਮੰਨ ਪਹਿਲਾਂ ਗੁਰੂ ਘਰ ਲਈ ਲਿਆਂਦਿਆਂ ਲੱਕੜਾਂ ਕੱਢੀਆਂ ਗਈਆਂ ਅਤੇ ਬਾਅਦ ਵਿੱਚ ਭਾਈ ਮੰਜ ਨੂੰ ਬਾਹਰ ਕੱਢਿਆ ਗਿਆ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਗਲੇ ਨਾਲ ਲਗਾ ਕੇ ਕਿਹਾ ਮੰਝ ਪਿਆਰਾ ਗੁਰੂ ਕੋ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਠਾ ਜਗ ਲੰਗਣ ਹਾਰਾ ਇਸ ਤਰ੍ਹਾਂ ਭਾਈ ਮੰਝ ਨੇ ਗੁਰੂ ਅਰਜਨ ਦੇਵ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ